ਸਤਿ ਸ਼੍ਰੀ ਅਕਾਲ ਜੀ। ਅੱਜ ਹੁਣ ਇਸ ਕਲਾਸ ਵਿੱਚ ਮੈਂ ਤੁਹਾਨੂੰ ਦੱਸਣ ਲੱਗਿਆ ਇਸ ਵੀਡੀਓ ਦੇ ਵਿੱਚ ਕਿ ਅਸੀਂ MS ਵਰਡ ਕਿਵੇਂ ਯੂਜ਼ ਕਰਨਾ ਆ। ਦੇਖੋ ਜੀ, ਵਰਡ ਜਿਹੜਾ ਸੋਫਟਵੇਅਰ ਸਾਡੇ ਕੋਲ ਹੈਗਾ ਆ, ਮਾਈਕਰੋਸੋਫਟ ਕੰਪਨੀ ਦਾ ਸੋਫਟਵੇਅਰ ਆ। ਵਰਡ ਦੇ ਵਿੱਚ ਅਸੀਂ ਲੈਟਰ ਟਾਈਪ ਕਰ ਸਕਦੇ ਹਾਂ, ਪੰਜਾਬੀ ਟਾਈਪਿੰਗ ਕਰ ਸਕਦੇ ਹਾਂ, ਹਿੰਦੀ ਟਾਈਪਿੰਗ ਕਰ ਸਕਦੇ ਹਾਂ, ਲੈਟਰ ਹੈੱਡ ਬਣਾ ਸਕਦੇ ਹਾਂ, ਰਿਟਨ ਵਰਕ ਸਾਡਾ ਜਿੰਨਾ ਵੀ ਹੁੰਦਾ ਆ, ਬੁੱਕਸ ਵਗੈਰਾ ਵੀ ਇਹ 'ਚ ਬਣ ਸਕਦੀਆਂ, ਉਹ ਸਾਰਾ ਕੁਛ ਇਹਦੇ ਵਿੱਚ ਹੁੰਦਾ ਆ ਰਿਟਨ ਵਰਕ। ਤਾਂ ਆਫਿਸ ਦੇ ਵਿੱਚ ਇਹਦੀ ਸਭ ਤੋਂ ਨੰਬਰ ਵਨ 'ਤੇ ਇਹਦੀ ਜ਼ਰੂਰਤ ਹੁੰਦੀ ਹੈ ਹਰ ਆਫੀਸ਼ੀਅਲ ਕੰਮ ਦੇ ਵਿੱਚ, MS ਵਰਡ ਦੀ। ਠੀਕ ਆ ਜੀ, ਜਿਵੇਂ ਕਿ ਮੈਂ ਤੁਹਾਨੂੰ ਲਿਖ ਕੇ ਦਿਖਾਉਣਾ, ਟੂ ਦਾ ਪ੍ਰਿੰਸੀਪਲ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ LUDS ਲੁਧਿਆਣਾ, ਰਿਸਪੈਕਟਡ ਸਰ, ਇੱਦਾਂ ਅਸੀਂ ਲਿਖਦੇ ਜਾਵਾਂਗੇ ਜੀ, ਆਪਣੀ ਲੈਟਰ ਪੂਰੀ ਕੰਪਲੀਟ ਕਰ ਦਿਆਂਗੇ। ਤਾਂ ਹੁਣ ਦੇਖੋ ਅੰਡਰਲਾਈਨ 'ਚ ਆ ਗਿਆ ਰੈੱਡ, ਰੈੱਡ ਦਾ ਮਤਲਬ ਇਹ ਹੈ ਦਸ਼ਮੇਸ਼, ਕੋਈ ਇੰਗਲਿਸ਼ ਦਾ ਵਰਡ ਨਹੀਂ ਹੈਗਾ। ਤਾਂ ਜੇਕਰ ਅਸੀਂ ਨਾਮ ਲਿਖਿਆ ਹੋਵੇ ਥੱਲੇ ਅੰਡਰਲਾਈਨ ਆਉਂਦਾ ਰੈੱਡ ਕਲਰ ਦਾ, ਤਾਂ ਕੋਈ ਇਹਨੂੰ ਇਗਨੋਰ ਕਰ ਦਿਓ, ਪ੍ਰਿੰਟਿੰਗ ਵਿੱਚ ਇਹ ਨਹੀਂ ਆਊਗਾ। ਤਾਂ ਇਹਦਾ ਜਿਹੜਾ ਫੋਨ ਦਾ ਬੇਸਿਕਲੀ ਆਫੀਸ਼ੀਅਲ ਜੋ ਫੋਨ ਦਾ ਸਾਈਜ਼ ਹੁੰਦਾ ਹੈ ਉਹ 12 ਹੁੰਦਾ ਹੈ, ਇੱਥੋਂ ਅਸੀਂ 12 ਸਾਈਜ਼ ਕਰ ਦਿੰਦੇ ਹਾਂ। ਠੀਕ ਆ ਜੀ, ਹੈਡਿੰਗ ਦਾ 14 ਹੋ ਜਾਂਦਾ ਆ, ਇੱਥੋਂ ਅਸੀਂ ਬੋਲਡ ਕਰ ਸਕਦੇ ਹਾਂ। ਠੀਕ ਹੈ ਜੀ, ਇਟੈਲਿਕ, ਠੀਕ ਹੈ ਜੀ, ਅੰਡਰਲਾਈਨ ਕਰ ਸਕਦੇ ਹਾਂ, ਕਈ ਵਾਰੀ ਕੁਛ ਪੋਰਸ਼ਨ ਅੰਡਰਲਾਈਨ ਕਰਨਾ ਹੁੰਦਾ ਆ। ਤਾਂ ਇਹ ਸਾਰੇ ਆਪਸ਼ਨ ਅਸੀਂ ਯੂਜ਼ ਕਰਕੇ ਦੇਖਾਂਗੇ, ਬੜੇ ਆਸਾਨ ਹੀ ਨੇ। ਠੀਕ ਹੈ ਨਾ, ਨੈਕਸਟ ਹੈਗਾ ਸਾਡੇ ਕੋਲ ਕੁਸਚਨ, ਜਿਹੜਾ ਆਪਸ਼ਨ A2 ਮੈਂ ਲਿਖਣਾ, ਹੁਣ A ਦੀ ਪਾਵਰ 2 ਕਰਨਾ ਆ, ਤਾਂ ਅਸੀਂ ਕਰਾਂਗੇ ਇੱਥੇ ਕਲਿੱਕ, A ਦੀ ਪਾਵਰ 2 ਹੋ ਗਈ, ਇੱਥੇ ਕਰਾਂਗੇ ਫਿਰ ਬੋਟਮ ਤੋਂ ਜੋ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਇਹਨੂੰ ਸਿਲੈਕਟ ਕਰਕੇ ਕੋਈ ਵੀ ਆਪਸ਼ਨ ਪਰਫੋਰਮ, ਕੋਈ ਵੀ ਅਸੀਂ ਐਕਸ਼ਨ ਪਰਫੋਰਮ ਕਰਨਾ ਉਹ ਸਿਲੈਕਟ ਪਹਿਲਾਂ ਕਰਨਾ ਹੀ ਪਊਗਾ ਸਾਨੂੰ, ਸਟ੍ਰਾਈਕ ਥਰੂ ਇਹਨੂੰ ਕਹਿ ਦਿੰਦੇ ਆ। ਠੀਕ ਹੈ ਜੀ, ਦੁਬਾਰਾ ਕਲਿੱਕ ਕਰਕੇ ਹਟ ਜਾਊਗਾ, ਇੱਥੋਂ ਫੋਂਟ ਛੋਟਾ ਇੱਥੋਂ ਵੱਡਾ। ਠੀਕ ਹੈ ਜੀ, ਇੱਥੋਂ ਅਸੀਂ ਕਰਾਂਗੇ ਤਾਂ ਸਾਡੇ ਕੋਲ ਇੱਥੇ ਆ ਜਾਊਗਾ, ਇਸ ਤਰੀਕੇ ਨਾਲ ਆ ਗਿਆ ਸਾਡੇ ਕੋਲ, ਅਲੱਗ ਅਲੱਗ ਡਿਜ਼ਾਈਨਸ ਆ ਗਏ ਸਾਡੇ ਕੋਲ। ਠੀਕ ਹੈ ਜੀ, ਇੱਥੋਂ ਅਪਰ ਕੇਸ ਹੋ ਗਿਆ ਸਾਰਾ, ਅਪਰ ਕੇਸ ਹੋ ਗਿਆ, ਕੰਟਰੋਲ ਜ਼ੈਡ ਕੰਟਰੋਲ ਜ਼ੈਡ ਨਾਲ ਪੈਕ ਹੋ ਗਿਆ। ਤਾਂ ਇਹ ਸਾਡੇ ਕੋਲ ਬੁਲੇਟਸ ਹੈਗੇ ਨੇ, ਫਿਰ ਜੇ ਅਸੀਂ ਚਾਹੁੰਦੇ ਹਾਂ ਜੋ ਵੀ ਅਸੀਂ ਇੱਥੇ ਪਰਫੋਰਮ ਕੀਤਾ ਸਾਰਾ ਕੁਛ ਬਾਈ ਡਿਫੋਲਟ ਵਾਲਾ ਕਰਨਾ, ਇਹਨੂੰ ਕਲਿੱਕ ਕਰ ਦਿਉ, ਇਹਦਾ ਮਤਲਬ ਕਲੀਅਰ ਆਲ ਫਾਰਮੈਟਿੰਗ, ਕਲੀਅਰ ਹੋ ਗਈ ਸਾਰੀ ਫਾਰਮੈਟਿੰਗ, ਕਲਰ ਕੁਲਰ ਜੋ ਵੀ ਲਗਾਇਆ ਸੀ ਸਭ ਕੁਛ ਕਲੀਅਰ ਸੋਰਸ ਕਰ ਲਉ, ਮੈਂ ਕਲਰ ਲਗਾਤਾ, ਸਾਈਜ਼ ਕਰਤਾ, ਆ ਕਰਤਾ, ਇੱਥੇ ਮੈਂ ਕਲਿੱਕ ਕੀਤਾ, ਸਾਰੀ ਕਲੀਅਰ ਹੋ ਗਈ ਫਾਰਮੈਟਿੰਗ। ਤਾਂ ਸਾਡੇ ਕੋਲ ਨੈਕਸਟ ਵਿੱਚ ਹੈਗਾ ਆ, ਮੈਂ ਲਿਖਦਾ ਟੀ ਕੌਫੀ, ਠੀਕ ਹੈ ਨਹੀਂ, ਕੋਲਡ ਡਰਿੰਕ, ਠੀਕ ਹੈ ਜੀ, ਉਹਦੇ ਬਾਅਦ ਆਪਾਂ ਕੁਛ ਹੋਰ ਵੀ ਲਿਖ ਸਕਦੇ ਹਾਂ, ਸੌਫਟ ਡਰਿੰਕ, ਠੀਕ ਹੈ ਜੀ। ਸਿਲੈਕਟ ਕਰਕੇ ਅਸੀਂ ਇੱਥੇ ਕਲਿੱਕ ਕਰਦੇ ਹਾਂ, ਬੁਲੇਟਸ ਆ ਗਏ, ਇੱਥੋਂ ਕਲਿੱਕ ਕਰਕੇ ਅਸੀਂ ਕੋਈ ਹੋਰ ਵੀ ਬੁਲੇਟਸ ਅਸੀਂ ਲਗਾ ਸਕਦੇ ਹਾਂ। ਠੀਕ ਹੈ ਜੀ, ਇੱਥੋਂ ਨੰਬਰਿੰਗ ਵਾਲੇ ਬੁਲੇਟਸ ਆ ਗਏ, ਨੰਬਰਿੰਗ ਲਗਾ ਸਕਦੇ ਹਾਂ ਅਸੀਂ, ਨੰਬਰਿੰਗ ਜਾਂ ਅਲਫਾਬੈਟਸ ਇੱਦਾਂ ਅਸੀਂ ਲਗਾ ਸਕਦੇ ਹਾਂ। ਠੀਕ ਹੈ ਜੀ, ਇੱਥੋਂ ਸਾਡੇ ਕੋਲ ਜਿਵੇਂ ਹੁਣ ਪੈਰਾਗ੍ਰਾਫ ਕੁਛ ਵੀ ਲਿਖਿਆ ਸੀ, ਮੈਂ ਲਿਖਦਾ ਨੀਚੇ ਦਿਸ ਇਜ਼ ਆਵਰ ਹੋਮ ਪੇਜ, ਕੰਟਰੋਲ ਸੀ ਕਰਕੇ ਮੈਂ ਕੰਟਰੋਲ ਵੀ ਕਰ ਰਿਹਾ, ਪੇਸਟ ਕਰ ਰਿਹਾ, ਕੰਟਰੋਲ ਵੀ ਮਤਲਬ ਪੇਸਟ ਹੁੰਦਾ। ਇੱਥੋਂ ਅੱਗੇ ਪਿੱਛੇ ਆ, ਇੱਥੋਂ ਅਸੀਂ ਕਰ ਸਕਦੇ ਹਾਂ ਜਸਟੀਫਾਈ, ਲਾਈਨ ਜਸਟੀਫਾਈ ਹੋ ਗਿਆ, ਸਾਰਾ ਬਰਾਬਰ ਹੋ ਗਿਆ, ਇਹਦਾ ਮਤਲਬ ਇਹ ਆ ਰਾਈਟ ਲਾਈਨ, ਰਾਈਟ ਸੈਂਟਰ ਲੈਫਟ, ਸੋਰੀ ਰਾਈਟ ਸੈਂਟਰ ਅਤੇ ਲੈਫਟ, ਇਹਦੀ ਜਸਟੀਫਾਈ ਨਾਲ ਬਰਾਬਰ ਹੋ ਜਾਊਗਾ ਪੈਰਾਗ੍ਰਾਫ। ਇਹਦੇ ਨਾਲ ਲਾਈਨ ਸਪੇਸਿੰਗ ਆਊਗੀ ਸਾਡੇ ਕੋਲ, ਲਾਈਨ ਸਪੇਸਿੰਗ ਵੱਧ ਘੱਟ ਹੋ ਗਈ ਸਾਡੇ ਕੋਲ, ਰਿਮੂਵ ਲਾਈਨ ਸਪੇਸਿੰਗ ਇੱਥੋਂ ਹੋ ਗਈ, ਐਡ ਸਪੇਸਿੰਗ ਪੈਰਾਗ੍ਰਾਫ ਤੋਂ ਪਹਿਲਾਂ ਸਪੇਸਿੰਗ ਐਡ ਕਰ ਸਕਦੇ ਹਾਂ ਅਸੀਂ। ਇੱਥੇ ਸਾਨੂੰ ਬੈਕਗ੍ਰਾਉਂਡ ਕਲਰ ਇੱਦਾਂ ਹੀ ਪੈਰਾਗ੍ਰਾਫ ਦਾ ਸੈੱਟ ਕਰ ਸਕਦੇ ਹਾਂ। ਠੀਕ ਹੈ ਜੀ, ਇੱਥੇ ਅਸੀਂ ਉਹਦੇ ਬਾਰਡਰ ਵਗੈਰਾ ਲਗਾ ਸਕਦੇ ਹਾਂ, ਇਹਦੀ ਲੋੜ ਜ਼ਿਆਦਾਤਰ ਨਹੀਂ ਹੁੰਦੀ ਸਾਡੇ ਕੋਲ। ਜੋ ਵੀ ਫਾਰਮੈਟਿੰਗ ਅਸੀਂ ਕਰ ਰਹੇ ਹਾਂ ਇੱਥੋਂ ਅਲਫਾਬੈਟਿਕਲੀ ਸੋਰਟ ਕਰਨਾ, ਇਹਨੂੰ ਬੇਸਿਕਲੀ ਐਕਸਲ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਯੂਜ਼ ਹੋਣਗੀਆਂ ਸਾਡੀਆਂ, ਠੀਕ ਹੈ ਨਾ। ਇੱਥੋਂ ਅਸੀਂ ਸਪੇਸਿੰਗ, ਠੀਕ ਹੈ ਜੀ, ਘੱਟ ਵੱਧ ਕਰ ਸਕਦੇ ਹਾਂ ਅਸੀਂ ਫਰੰਟ ਦੇ ਉੱਤੋਂ, ਠੀਕ ਹੈ ਜੀ, ਇਨਕਰੀਜ਼ ਇੰਡੈਂਟ ਕਹਿੰਦੇ ਨੇ, ਇੰਡੈਂਟ ਇੰਡੈਂਟ, ਠੀਕ ਹੈ ਜੀ, ਇੰਡੈਂਟ। ਤਾਂ ਆਹ ਸਾਰੇ ਬਣੇ ਬਣਾਏ ਸਾਡੇ ਕੋਲ ਫਾਰਮੈਟਸ ਹੈਗੇ, ਇਸ ਚੀਜ਼ ਕਨਵਰਟ ਕਰ ਸਕਦੇ ਹਾਂ ਜਾਂ ਨੋਰਮਲ ਕਰ ਦਈਏ ਅਸੀਂ, ਇਹ ਬਣੇ ਬਣਾਏ ਸਟਾਈਲ ਸਾਡੇ ਕੋਲ ਪਏ ਨੇ, ਠੀਕ ਹੈ ਜੀ। ਤਾਂ ਫਾਇੰਡ
ਸਪੋਜ਼ ਕਰ ਲਓ ਮੈਂ ਇਹਦੇ ਵਿੱਚ ਫਾਇੰਡ ਕਰਨਾ ਚਾਹੁੰਦਾ ਹਾਂ, ਫਾਇੰਡ ਐਂਡ ਰਿਪਲੇਸ ਦੋਵੇਂ ਇਕੱਠੇ ਯੂਜ਼ ਕਰਕੇ ਕਰਨਾ। ਸਪੋਜ਼ ਕਰ ਲਓ ਮੇਰੇ ਕੋਲ ਆਹ ਪੈਰਾਗ੍ਰਾਫ ਆ, ਇਹ ਪੈਰਾਗ੍ਰਾਫ ਨੂੰ ਨਾ ਜੀ ਮੈਂ 10 ਵਾਰੀ ਕਾਪੀ ਕਰ ਦਿੰਦਾ, ਕਾਪੀ ਕੰਟਰੋਲ ਸੀ, 10 ਵਾਰੀ ਪੇਸਟ ਕਰਦਾ, ਕੰਟਰੋਲ ਵੀ 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 ਵੀ। ਹੁਣ ਸਾਡੇ ਕੋਲ ਜਿਹੜਾ ਹੋਮ ਵਰਡ ਆ ਕਿੰਨੀ ਵਾਰੀ ਰਿਪੀਟ ਹੁੰਦੀ ਸੀ, ਔਰ ਹੋਮ ਪੇਜ, ਹੋਮ 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 ਹਰ ਜਗ੍ਹਾ ਹੈ। ਮੈਂ ਕਹਿੰਦਾ ਰਿਪਲੇਸ ਜਾਂ ਫਾਇੰਡ ਕਰੇ, ਮੈਂ ਕਹਿੰਦਾ ਹੋਮ ਅਤੇ ਰਿਪਲੇਸ ਕਰ ਦੇਵੇ ਸ਼ੋਪ ਦੇ ਨਾਲ। ਹੁਣ ਇਹਦਾ ਫਾਇਦਾ ਇਹ ਹੈ ਜੇਕਰ ਇੱਕ 50-100 ਪੇਜਾਂ ਦੀ 200 ਪੇਜਾਂ ਦੀ ਫਾਈਲ ਦੇ ਵਿੱਚ ਨਾਮ ਇੱਕ ਰਿਪੀਟ ਹੋ ਰਿਹਾ ਵਾ ਵਾਰ ਵਾਰ, ਤੁਸੀਂ ਆਪਣਾ ਨਾਮ ਲਿਖਣਾ, ਮਤਲਬ ਮੰਨ ਲਓ ਮਨਦੀਪ ਦੀ ਜਗ੍ਹਾ 'ਤੇ ਜਗਦੀਪ ਲਿਖਣਾ ਆ, ਤਾਂ ਤੁਸੀਂ ਇੱਥੇ ਲਿਖੋ ਫਾਇੰਡ ਮਨਦੀਪ ਰਿਪਲੇਸ ਵਿਦ ਜਗਦੀਪ, ਤਾਂ ਸਾਰੀ ਫਾਈਲ 'ਚ ਇੱਕ ਵਾਰ ਸੀ ਹੋਜੂਗਾ। ਰਿਪਲੇਸ ਆਲ ਕਰਦਾ ਮੈਂ, ਜੇ ਗਲਤ ਹੋ ਗਿਆ ਸਾਰਾ ਗਲਤ ਵੀ ਹੋ ਜਾਣਾ ਆ, ਮੈਨੂੰ ਇਸ ਸਟੈਪ ਨੂੰ ਬੜੇ ਧਿਆਨ ਨਾਲ ਕਰਨਾ ਹੈ। ਰਿਪਲੇਸ ਆਲ, ਦੇਖੋ ਜੀ ਹੁਣ 396 ਜਗ੍ਹਾ ਦੇ ਉੱਤੇ ਹੋਮ ਦੀ ਜਗ੍ਹਾ 'ਤੇ ਸ਼ੋਪ ਹੋ ਗਿਆ। ਠੀਕ ਹੈ ਜੀ, ਕਲੋਜ਼ ਕਰਦਾ ਮੈਂ ਆਹ, ਦੇਖੋ ਦਿਸ ਇਜ਼ ਅਵਰ ਸ਼ੋਪ ਪੇਜ, ਦਿਸ ਇਜ਼ ਅਵਰ ਸ਼ੋਪ ਪੇਜ। ਤਾਂ ਇਹ ਬੜਾ ਪਾਵਰਫੁਲ ਟੂਲ ਹੈਗਾ ਰਿਪਲੇਸ, ਫਾਇੰਡ ਐਂਡ ਰਿਪਲੇਸ ਇਕੱਠੇ ਯੂਜ਼ ਹੁੰਦੇ ਨੇ। ਫਾਇੰਡ ਇਕੱਲਾ ਫਾਇੰਡ ਕਰਕੇ ਦਿਖਾਊਗਾ, ਰਿਪਲੇਸ ਨਹੀਂ ਕਰੂਗਾ। ਠੀਕ ਹੈ ਜੀ, ਰਿਪਲੇਸ 'ਚ ਜਾਂਦੇ ਹੋ ਤਾਂ ਉਹ ਫਾਇੰਡ ਵੀ ਕਰੂਗਾ ਅਤੇ ਰਿਪਲੇਸ ਵੀ ਕਰੂਗਾ, ਇੱਥੋਂ ਫਾਇੰਡ ਹੋ ਜਾਣਾ ਹੈ। ਨਹੀਂ ਮੈਂ ਦੇਖਣਾ ਸ਼ੋਪ, ਸ਼ੋਪ ਫਾਇੰਡ ਕਰਕੇ ਦਿਖਾਵੇ, ਸ਼ੋਪ ਆ ਗਿਆ। ਸਤਿ ਸ਼੍ਰੀ ਅਕਾਲ, ਹੁਣ ਅਸੀਂ ਇੰਸਰਟ ਟੈਬ ਕਰਨ ਲੱਗੇ ਹਾਂ ਜੀ। ਇੰਸਰਟ ਟੈਬ ਸਭ ਤੋਂ ਪਹਿਲਾਂ ਕੀ ਆ, ਕਵਰ ਪੇਜ ਜੀ। ਕਵਰ ਪੇਜ ਦੇ ਵਿੱਚ ਕੀ ਆ, ਸਾਡੇ ਕੋਲ ਜਿਹੜਾ ਫਰੰਟ ਪੇਜ ਅਸੀਂ ਬਣਾਉਂਦੇ ਕਿਸੇ ਵੀ ਫਾਈਲ ਦਾ, ਉਹ ਬਣੇ ਬਣਾਏ ਟੈਂਪਲੇਟ ਪਏ ਆ, ਅਸੀਂ ਉਹ ਯੂਜ਼ ਕਰ ਸਕਦੇ ਹਾਂ ਇਹਦੇ ਵਿੱਚ। ਠੀਕ ਹੈ ਜੀ, ਕਲਿੱਕ ਕੀਤਾ, ਆਹ ਦੇਖੋ ਟਾਈਟਲ ਡਾਕੂਮੈਂਟ ਦਾ ਲਿਖ ਕੇ ਅਸੀਂ ਯੂਜ਼ ਕਰ ਸਕਦੇ ਹਾਂ। ਮੈਂ ਕੰਟਰੋਲ ਜੈਡ ਕਰ ਰਿਹਾ, ਬਲੈਂਕ ਪੇਜ ਨੂੰ ਨਵਾਂ ਪੇਜ ਐਡ ਕਰਨਾ ਵਾ। ਜਿਵੇਂ ਜਿਵੇਂ ਅਸੀਂ ਕੰਮ ਕਰੀ ਜਾਵਾਂਗੇ, ਜਿਵੇਂ ਮੰਨ ਲਓ ਕਰੀ ਗਿਆ ਕੰਮ ਇਹਦੇ 'ਚ, ਨੈਕਸਟ ਗਿਆ ਅਗਲਾ ਪੇਜ ਆਪਣੇ ਆਪ ਆ ਜਾਊਗਾ। ਇਹ ਤਾਂ ਅਸੀਂ ਇੱਥੋਂ ਵੀ ਲੈ ਸਕਦੇ ਹਾਂ। ਠੀਕ ਹੈ ਜੀ, ਇਸ ਤੋਂ ਬਾਅਦ ਨੈਕਸਟ ਹੈਗਾ ਸਾਡੇ ਕੋਲ ਟੇਬਲਸ। ਹੁਣ ਟੇਬਲਸ ਦੇ ਵਿੱਚ ਅਸੀਂ ਕਈ ਵਾਰੀ ਡਾਟਾ ਲਿਖਣਾ ਹੁੰਦਾ ਹੈ ਟੇਬਲ ਵਾਈਜ਼, ਜਿਵੇਂ ਮਾਨੋ ਸਟੂਡੈਂਟ ਰਿਕਾਰਡ ਲਿਖਣਾ, ਰੋਲ ਨੰਬਰ, ਨੰਬਰ, ਨੇਮ, ਫਾਦਰ ਨੇਮ, ਫਾਦਰ ਨੇਮ, ਫਾਦਰ ਨੇਮ, ਪੀ ਓ ਬੀ, ਡੇਟ ਆਫ ਬਰਥ। ਅਤੇ ਹੋਰ ਨਵਾਂ ਕੋਲਮ ਐਡ ਕਰਨਾ, ਇੱਥੇ ਰਾਈਟ ਕਲਿੱਕ ਕਰੋ, ਇਨਸਰਟ ਕੋਲਮ ਰਾਈਟ ਜਾਂ ਲੈਫਟ, ਰਾਈਟ ਸਾਈਡ 'ਤੇ ਕਰਨਾ, ਰਾਈਟ ਸਾਈਡ 'ਤੇ ਆ ਗਿਆ। ਅਸੀਂ ਇੱਥੋਂ ਬਾਅਦ ਇੱਥੇ ਲੈਂਡ 'ਤੇ ਜਾ ਕੇ ਟੈਬ ਦੱਬਾਂਗੇ ਤਾਂ ਨਵੀਂ ਰੋ ਆ ਜੂਗੀ, ਜਾਂ ਅਸੀਂ ਰਾਈਟ ਕਲਿੱਕ ਕਰਕੇ ਵੀ ਰੋ ਐਡ ਕਰ ਸਕਦੇ ਹਾਂ, ਇਨਸਰਟ ਰੋ ਅਬਵ ਬਿਲੋ। ਠੀਕ ਹੈ ਜੀ, ਬੜੀ ਆਸਾਨੀ ਨਾਲ ਇਹਦੀ ਪ੍ਰੋਪਰਟੀਜ਼ ਦੇਖਾਂਗੇ, ਸਾਨੂੰ ਅਸੀਂ ਰਾਈਟ ਕਲਿੱਕ ਕਰਕੇ ਸਾਰਾ ਕੁਝ ਮਿਲ ਜੂਗਾ ਲੇਆਊਟ ਵਿੱਚ। ਟੇਬਲ ਨੂੰ ਅਸੀਂ ਡਿਲੀਟ ਕਰਨਾ ਹੋਵੇ ਜੀ, ਇੱਥੋਂ ਦੀ ਡਿਲੀਟ ਸੈੱਲ ਵੀ ਕਰ ਸਕਦੇ ਹਾਂ, ਡਿਲੀਟ ਕੋਲਮ ਵੀ, ਰੋ ਵੀ, ਟੇਬਲ ਵੀ ਸਾਰਾ ਡਿਲੀਟ ਕਰ ਸਕਦੇ ਹਾਂ ਅਸੀਂ, ਕੰਟਰੋਲ ਜ਼ੈਡ ਕਰਦਾ ਮੈਂ। ਠੀਕ ਹੈ ਨਾ, ਜਾਂ ਸਾਰੀਆਂ ਟੇਬਲ ਦੀਆਂ ਪ੍ਰੋਪਰਟੀਜ਼ ਨੇ, ਇਹਨੂੰ ਅਸੀਂ ਧਿਆਨ ਨਾਲ ਯੂਜ਼ ਕਰ ਲਵਾਂਗੇ ਸਾਰੀਆਂ ਨੂੰ। ਇਹਦੇ ਨਾਲ ਕੀ ਹੋਊਗਾ, ਅਲਾਈਨ ਸੈਂਟਰ ਹੋ ਜਾਊਗਾ, ਹੋਰੀਜ਼ੋਂਟਲੀ, ਵਰਟੀਕਲੀ ਸਾਰੀਆਂ ਪੋਜੀਸ਼ਨਸ ਇੱਥੇ ਹੈਗੀਆਂ ਨੇ, ਡਾਟਾ ਨੂੰ ਕਿਸ ਪੋਜੀਸ਼ਨ 'ਚ ਅਸੀਂ ਰੱਖਣਾ ਆ। ਤਾਂ ਸਾਰਾ ਕੁਝ ਅਸੀਂ ਮਰਜ ਕਰਨਾ, ਸਿਲੈਕਟ ਕਰਕੇ ਸਾਰਿਆਂ ਦਾ ਇੱਕ ਸੈੱਲ ਬਣਾਉਣਾ, ਇੱਥੇ ਰਾਈਟ ਕਲਿੱਕ ਕਰਕੇ ਵੀ ਮਰਜ ਆ ਜਾਊਗਾ, ਮਰਜ ਸੈੱਲ, ਆ ਦੇਖੋ ਇੱਕ ਬਣ ਗਿਆ। ਠੀਕ ਆ ਜੀ, ਇੱਥੇ ਰਾਈਟ ਕਲਿੱਕ ਕਰਾਂਗੇ, ਸਪਲਿਟ ਸੈੱਲ, 2, 1, 2, 3, 4, 5, 6 ਛੇ 'ਚ ਕਰਨਾ, ਆ ਲਓ 6 ਬਣ ਗਏ, ਜਾਂ ਫਿਰ ਅਸੀਂ ਕੰਟਰੋਲ ਜ਼ੈਡ ਕਰ ਦੇਵਾਂਗੇ। ਇਸ ਤੋਂ ਬਾਅਦ ਅਸੀਂ ਇੰਸਰਟ ਵਿੱਚ ਗਏ, ਪਿਕਚਰ ਇੰਸਰਟ ਕਰਨੀ ਆ, ਪਿਕਚਰਸ ਵਿੱਚ ਗਏ ਅਸੀਂ, ਪਿਕਚਰਸ ਜਿੱਥੇ ਵੀ ਪਿਕਚਰ ਪਈ ਆ, ਡੈਸਕਟੋਪ 'ਤੇ ਪਈ ਆ, ਜਿੱਥੇ ਵੀ ਪਈ ਆ ਪਿਕਚਰ, ਤਾਂ ਅਸੀਂ ਇੰਸਰਟ ਕਰ ਦਿਆਂਗੇ। ਨੈੱਟ ਤੋਂ ਲੈ ਕੇ ਆਉਣੀ ਹੈ ਅਸੀਂ ਪਿਕਚਰ ਕੋਈ, ਠੀਕ ਆ ਜੀ, ਤਾਂ ਉਹਨੂੰ ਕਿਵੇਂ ਇੰਸਰਟ ਕਰਨਾ, ਅਸੀਂ ਗੂਗਲ ਕ੍ਰੋਮ 'ਤੇ ਗਏ, ਇੱਥੋਂ ਸਰਚ ਕੀਤਾ ਅਸੀਂ, ਕੁਛ ਵੀ ਸਰਚ ਕੀਤਾ, ਮੰਨ ਲਓ ਚਾਰਟ, ਇਮੇਜਸ, ਆਹ ਚਾਰਟ ਆ ਗਿਆ ਸਾਡੇ ਕੋਲ, ਰਾਈਟ ਕਲਿੱਕ, ਸੇਵ ਐਸ, ਡੈਸਕਟੋਪ 'ਤੇ ਅਸੀਂ ਸੇਵ ਕਰਤਾ ਇਹਨੂੰ। ਠੀਕ ਆ ਜੀ, ਹੁਣ ਐਮ ਐਸ ਵਰਡ 'ਚ ਜਾ ਕੇ, ਇਨਸਰਟ 'ਚ ਜਾ ਕੇ, ਪਿਕਚਰ 'ਚ ਜਾ ਕੇ ਅਸੀਂ ਚਾਰਟ ਇਨਸਰਟ ਕਰਤਾ। ਇਸ ਤਰੀਕੇ ਨਾਲ ਅਸੀਂ ਇਨਸਰਟ ਕਰ ਸਕਦੇ ਹਾਂ ਪਿਕਚਰ, ਕਿਸੇ ਨੂੰ ਵੀ ਪਿਕਚਰ ਜਦੋਂ ਅਸੀਂ ਇਨਸਰਟ ਕਰਤੇ ਉਹਦੇ ਮੈਂ ਕਲਿੱਕ ਕੀਤਾ, ਦੇਖੋ ਆ ਸਾਰੀਆਂ ਪ੍ਰੋਪਰਟੀਜ਼ ਪਿਕਚਰ 'ਤੇ ਆ ਗਈਆਂ। ਇੱਥੋਂ ਅਸੀਂ ਪਿਕਚਰ ਨੂੰ ਅਲੱਗ ਅਲੱਗ ਆ ਸ਼ੈਡੋ ਦੇਣੀ ਆ, ਬੋਰਡਰ ਲੱਗ ਗਿਆ, ਕਲਰਿੰਗ
ਠੀਕ ਆ ਜੀ, ਬਲੈਕ ਐਂਡ ਵਾਈਟ ਹੋ ਗਈ, ਤਾਂ ਬਹੁਤ ਸਾਰੇ ਇਫੈਕਟ ਸਾਡੇ ਕੋਲ ਹੈਗੇ ਨੇ, ਕਰੋਪ ਕਰਨਾ ਆ, ਠੀਕ ਹੈ ਨਾ, ਅਲਾਈਨਮੈਂਟ ਸੈੱਟ ਕਰਨੀ ਆ, ਇਹ ਸਾਰੇ ਸਾਨੂੰ ਯੂਜ਼ ਕਰਕੇ ਦੇਖ ਰਹੇ ਹਾਂ, ਇਫੈਕਟਸ ਹੈਗੇ ਆ, ਇਹ ਸਭ ਯੂਜ਼ ਕਰਕੇ ਅਸੀਂ ਦੇਖ ਲਈਏ ਪਿਕਚਰਸ 'ਤੇ। ਉਦੋਂ ਬਾਅਦ ਅਸੀਂ ਇਨਸਰਟ ਵਿੱਚ ਹੀ ਔਨਲਾਈਨ ਪਿਕਚਰ ਵਿੱਚ ਔਨਲਾਈਨ ਆ ਜਾਣਗੀਆਂ ਪਿਕਚਰਸ, ਔਨਲਾਈਨ ਨੈੱਟ ਤੋਂ ਸ਼ੇਪਸ ਦੇ ਵਿੱਚ ਆ ਸਾਰੀਆਂ ਸ਼ੇਪਸ ਪਈਆਂ, ਜਿਹਨਾਂ ਅਸੀਂ ਸਾਰੇ ਹਰ ਤਰ੍ਹਾਂ ਦਾ ਡਾਇਗਰਾਮ ਬਣਾ ਸਕਦੇ ਹਾਂ, ਲਾਈਨ, ਸਟ੍ਰੇਟ ਲਾਈਨ, ਜਿਵੇਂ ਲਾਈਨਸ ਆ ਗਈਆਂ, ਇਹ ਆਹ ਲਾਈਨ ਇੱਧਰ ਡਰਾਅ ਕੀਤੀ, ਸ਼ਿਫਟ ਦੱਬਦਾ, ਹਾਂ ਦੇਖੋ ਸਿੱਧੀ ਲਾਈਨ ਜਾ ਰਹੀ ਸ਼ਿਫਟ ਦੱਬ ਕੇ, ਠੀਕ ਆ ਜੀ। ਜਦੋਂ ਲਾਈਨ ਡਰਾਅ ਕਰ ਲਈ, ਉਦੋਂ ਬਾਅਦ ਇਹਦੀਆਂ ਪ੍ਰੋਪਰਟੀਜ਼ ਆ ਗਈਆਂ ਸਾਡੇ ਕੋਲ, ਆਊਟਲਾਈਨ ਅਸੀਂ ਇਹਦੀ ਵੱਧ ਘੱਟ ਕਰ ਸਕਦੇ ਹਾਂ, ਇਹਦੇ 'ਤੇ ਇਫੈਕਟ ਦੇ ਸਕਦੇ ਹਾਂ, ਜੋ ਜੋ ਵੀ ਆ ਪ੍ਰੋਪਰਟੀਜ਼ ਹੈਗੀਆਂ ਸਾਨੂੰ ਯੂਜ਼ ਕਰਕੇ ਸਾਰੀਆਂ ਦੇਖਣੀਆਂ ਚਾਹੀਦੀਆਂ, ਸ਼ੇਪਸ ਵੀ ਸਾਰੀਆਂ ਡਰਾਅ ਕਰਕੇ ਦੇਖੀਏ, ਈਵਨ ਅਸੀਂ ਕੁਛ ਨਾ ਕੁਛ ਡਾਇਗਰਾਮ ਬਣਾ ਕੇ ਦੇਖੀਏ। ਫੋਰ ਐਗਜ਼ਾਮਪਲ ਮੈਂ ਲਿਖਾਂ ਡਾਇਗਰਾਮ, ਇੱਥੇ ਲਿਖਾਂ ਮੈਂ ਡਾਇਗਰਾਮ, ਕੋਈ ਵੀ ਲਿਖਦੇ ਹਾਂ ਮੈਂ, ਆਹ ਦੇਖੋ ਇਸ ਤਰ੍ਹਾਂ ਦੇ ਡਾਇਗਰਾਮ, ਇਸ ਤਰ੍ਹਾਂ ਦਾ ਕੁਛ, ਇਸ ਤਰ੍ਹਾਂ ਦਾ, ਇਸ ਤਰ੍ਹਾਂ ਦਾ, ਇਹ ਚੀਜ਼ਾਂ ਅਸੀਂ ਬਣਾ ਕੇ ਦੇਖ ਲਈਏ MS Word 'ਚ, ਤਾਂ ਬੈਟਰ ਆ, ਸਾਨੂੰ ਸਾਰੀ ਪ੍ਰੈਕਟਿਸ ਹੋ ਜੂਗੀ ਸ਼ੇਪਸ ਦੀ, ਠੀਕ ਆ ਜੀ। ਉਸ ਤੋਂ ਬਾਅਦ ਸਾਡੇ ਕੋਲ ਆਈਕਨਸ, ਪੁਰਾਣੇ ਵਿੱਚ ਤਾਂ ਨਹੀਂ ਹੈਗਾ ਸੀਗਾ, ਨਵੇਂ ਚਾਰ ਵੇ ਵੀ ਇੰਟਰਨੈਟ ਤੋਂ ਹੀ ਆਈਕਨਸ ਡਾਊਨਲੋਡ ਹੋਣਗੇ, ਉਹ ਅਸੀਂ ਇੰਸਰਟ ਕਰ ਸਕਦੇ ਹਾਂ। ਆਹ ਦੇਖੋ ਬਣੇ ਬਣਾਏ ਆਈਕਨ ਮਿਲ ਗਏ ਸਾਨੂੰ, ਪੁਰਾਣੇ ਵਰਜ਼ਨ 'ਚ ਨਹੀਂ ਸੀ, ਨਵਾਂ 19 ਵਰਜ਼ਨਾਂ 'ਚ ਹੈਗੇ ਨੇ ਆਈਕਨਸ। 3D ਮਾਡਲ, ਠੀਕ ਹੈ ਨਾ, ਇੱਕ ਸਮਾਰਟ ਆਰਟ ਦੇ ਨਾਂ 'ਤੇ ਹੈਗਾ 3D ਮਾਡਲ, ਵਿੱਚ ਦੇਖੀ ਕੀ ਆ ਵੀ ਨੈੱਟ ਤੋਂ ਹੀ ਆ 3D ਮਾਡਲ ਬਣੇ ਬਣਾਏ। ਆਹ ਦੇਖੋ ਇਸ ਤਰ੍ਹਾਂ ਦੇ ਅਸੀਂ ਇੰਸਰਟ ਕਰ ਸਕਦੇ ਹਾਂ 3D ਮਾਡਲ, ਠੀਕ ਹੈ ਨਾ। ਫੋਰ ਐਗਜ਼ਾਮਪਲ ਅਸੀਂ ਵਿੰਟਰ ਦੇ ਹਿਸਾਬ ਨਾਲ ਗਏ, ਵਿੰਟਰ ਦੇ ਹਿਸਾਬ ਨਾਲ ਸਾਰੇ 3D ਮਾਡਲ ਆ ਗਏ ਸਾਡੇ ਕੋਲ, ਠੀਕ ਆ ਜੀ। ਇੱਥੇ ਕਲਿੱਕ ਕੀਤਾ ਮੈਂ, ਇੰਸਰਟ ਕੀਤਾ, ਇਹ 2019 ਵਿੱਚ ਆ, ਜਿਹੜਾ ਪੁਰਾਣੇ ਵਰਜ਼ਨ ਨੇ ਉਹਦੇ ਵਿੱਚ 3D ਮਾਡਲ ਹੈ ਨਹੀਂ ਗਾ, ਮੀਨਸ ਇੱਕ ਤਰ੍ਹਾਂ ਦਾ। ਆਹ ਦੇਖੋ ਰੋਟੇਸ਼ਨ ਵੀ ਹੈਗੀ ਇਹਦੀ, ਬਹੁਤ ਅੱਛਾ ਇਫੈਕਟਸ ਹੈਗੇ ਇਹਦੇ ਵਿੱਚ 3D ਮਾਡਲ 'ਚ, ਠੀਕ ਆ ਜੀ। ਮੈਂ ਡਿਲੀਟ ਕਰਦੇ ਹਾਂ, ਇਨਸਰਟ, ਸਮਾਰਟ ਆਰਟ, ਸਮਾਰਟ ਆਰਟ ਕੀ ਆ ਜੀ, ਪਹਿਲਾਂ ਤੋਂ ਹੀ ਬਣੀਆਂ ਬਣਾਈਆਂ ਡਾਇਗਰਾਮਸ ਹੈਗੀਆਂ ਨੇ, ਜਿਹਨਾਂ ਨੂੰ ਅਸੀਂ ਸਮਾਰਟ ਆਰਟ ਕਹਿ ਰਹੇ ਹਾਂ। ਆਹ ਦੇਖੋ ਜਿਹੜੀ ਡਾਇਗਰਾਮ ਜਿੱਥੇ ਫਿੱਟ ਬੈਠਦੀ ਹੈ ਅਸੀਂ ਉੱਥੇ ਲਗਾ ਦਿਆਂਗੇ। ਫੋਰ ਐਗਜ਼ਾਮਪਲ ਸਾਈਕਲ ਦਿਖਾਉਣਾ ਕੋਈ ਅਸੀਂ, ਲਾਈਫ ਸਾਈਕਲ, ਸਾਈਕਲ ਹੈਰਰਕੀ, ਕੋਈ ਫੈਮਿਲੀ ਟ੍ਰੀ ਦਿਖਾਉਣਾ, ਹੈਰਰਕੀ ਵਾਲਾ ਅਸੀਂ ਚੂਜ਼ ਕਰ ਲਾਂਗੇ। ਆਹ ਦੇਖੋ ਹੁਣ ਪਹਿਲਾ ਟੈਕਸਟ ਕੀ ਆ, ਮੈਂ ਕਹਿ ਦਿੰਦਾ ਗ੍ਰੈਂਡ ਫਾਦਰ, ਠੀਕ ਆ ਜੀ। ਅਗਲਾ ਕੀ ਆ, ਫਾਦਰ, ਇਹ ਅਸੀਂ ਇੱਕ ਹੁਣ ਇੱਥੇ ਇੰਸਰਟ ਕਰਨਾ ਚਾਹੁੰਦੇ ਹਾਂ, ਇੱਥੋਂ ਅਸੀਂ ਧਿਆਨ ਨਾਲ ਦੇਖੀਏ, ਸਾਨੂੰ ਬੜੀ ਆਸਾਨੀ ਨਾਲ ਮਿਲ ਜਾਊਗਾ, ਠੀਕ ਆ ਨਾ। ਸ਼ੇਪ ਦੇ ਵਿੱਚ ਅਸੀਂ ਡਿਜ਼ਾਇਨ 'ਚ ਗਏ, ਅਸੀਂ ਗਏ ਇੱਥੇ ਰਾਈਟ ਸ਼ਿਫਟ ਐਡ ਸ਼ੇਪ, ਐਡ ਆਫਟਰ ਕੀਤਾ, ਦੇਖੋ ਇੱਧਰ ਇੱਥੇ ਲਿਖ ਦਿਓ ਮਦਰ, ਠੀਕ ਆ। ਇੱਥੇ ਫਿਰ ਚਾਈਲਡ, 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 ਠੀਕ ਆ ਜੀ। ਜਾਂ ਫੈਮਿਲੀ ਟ੍ਰੀ ਬਣ ਗਿਆ ਸਾਡੇ ਕੋਲ, ਠੀਕ ਆ ਜੀ। ਇਸ ਵਿੱਚ ਇਹਦੇ ਸਾਰੇ ਆਪਸ਼ਨ ਯੂਜ਼ ਕਰਕੇ ਦੇਖਾਂਗੇ ਤਾਂ ਬਹੁਤ ਕੁਛ ਸਾਨੂੰ ਪਤਾ ਲੱਗ ਜੂਗਾ, ਇਹਦੇ ਕਲਰ ਕੁਲਰ ਬਹੁਤ ਕੁਛ ਹੈਗਾ, ਇਹਦੇ 'ਚ ਚੇਂਜ ਕਰ ਸਕਦੇ ਹਾਂ ਅਸੀਂ, ਠੀਕ ਆ ਜੀ। ਸਮਾਰਟ ਆਰਟ ਇਹਨੂੰ ਕਹਿੰਦੇ ਆ, ਇਹਨੂੰ ਚੰਗੀ ਤਰ੍ਹਾਂ ਅਸੀਂ ਯੂਜ਼ ਕਰਕੇ ਦੇਖਾਂਗੇ। ਚਾਰਟਸ ਵੀ ਇਹਦੇ ਵਿੱਚ ਹੈਗੇ ਆ, ਚਾਰਟਸ ਵੈਸੇ ਜ਼ਿਆਦਾਤਰ ਆਪਣੇ ਕੋਲ ਐਕਸਲ ਦੇ ਵਿੱਚ ਯੂਜ਼ ਹੁੰਦੇ ਆ, ਡਾਟਾ ਦੇ ਹਿਸਾਬ ਨਾਲ ਚਾਰਟਸ ਹੋਣਗੇ, ਇਹ 'ਚ ਅਸੀਂ ਚਾਰਟਸ ਰਹਿਣ ਦਿੰਦੇ ਹਾਂ। ਡਿਜ਼ਾਇਨ, ਇਹਨੂੰ ਵੀ ਇੱਕ ਵਾਰੀ 'ਚ ਵਾਟਰਮਾਰਕ ਲਗਾ ਸਕਦੇ ਹਾਂ ਅਸੀਂ, ਅਤੇ ਪੇਜ ਦਾ ਕਲਰ ਕਰ ਸਕਦੇ ਹਾਂ, ਇਹਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ ਸਾਨੂੰ ਪੇਜ ਕਲਰ ਦੀ, ਵਾਈਟ ਪੇਜ ਹੀ ਰੱਖਣਾ ਹੁੰਦਾ ਸੀ, ਨੋਰਮਲ ਆਫਿਸ਼ੀਅਲ ਵਰਕ ਵਿੱਚ ਨਹੀਂ ਲੋੜ ਪੈਂਦੀ। ਵਾਟਰਮਾਰਕ ਅਸੀਂ ਯੂਜ਼ ਕਰ ਸਕਦੇ ਹਾਂ, ਵਾਟਰਮਾਰਕ ਦਾ ਪਿੱਛੇ ਫਿੱਕਾ ਜਾਂ ਸਾਡਾ ਨਾਮ ਲਿਖਿਆ ਹੋਵੇ, ਫੋਰ ਐਗਜ਼ਾਮਪਲ ਮੈਂ ਚਾਹੁੰਦਾ ਆਕਾਸ਼ ਵੈਬਸ ਲਿਖਿਆ ਹੋਵੇ ਪਿੱਛੇ, ਆਕਾਸ਼ ਵੈਬਸ, ਕਲਰ ਮੈਂ ਆਹ ਥੋੜ੍ਹਾ ਜਿਹਾ ਡਾਰਕ ਕਰਕੇ ਦਿਖਾਉਣਾ ਤਾਂ ਕਿ ਨਜ਼ਰ ਵਧੀਆ ਤਰੀਕੇ ਨਾਲ ਆ ਜਾਵੇ, ਠੀਕ ਆ ਜੀ। ਆਇਆ, ਆਹ ਦੇਖੋ ਜੀ ਆਕਾਸ਼ ਵੈਬਸ ਲਿਖਿਆ ਹੋਇਆ ਫਿੱਕਾ ਜਿਹਾ, ਠੀਕ ਆ। ਥੋੜ੍ਹਾ ਡਾਰਕ ਕਰਕੇ ਦਿਖਾਵਾਂ, ਹੋਰ ਕਸਟਮ ਵਾਟਰਮਾਰਕ ਆਕਾਸ਼ ਮੈਪਸ, ਕਲਰ ਮੈਂ ਡਾਰਕ ਕਰਕੇ ਦਿਖਾਉਂਦਾ। ਆਹ ਦੇਖੋ ਇਸ ਤਰੀਕੇ ਨਾਲ ਹੋਊਗਾ, ਬੈਕਗਰਾਊਂਡ 'ਤੇ ਹੋਊਗਾ ਵਾਲਾ ਚੀਜ਼, ਠੀਕ ਹੈ ਜੀ। ਕੁਛ ਵੀ ਅਸੀਂ ਲਿਖਦੇ ਹਾਂ ਇੱਦਾਂ ਹੀ ਚੱਲੂਗਾ, ਬੈਕਗਰਾਊਂਡ 'ਤੇ ਇੱਦਾਂ ਵਾਟਰਮਾਰਕ ਆਊਗਾ। ਉਸ ਤੋਂ ਬਾਅਦ ਪੇਜ ਬਾਰਡਰ ਯੂਜ਼ ਕਰ ਸਕਦੇ ਹਾਂ, ਬਾਰਡਰ ਯੂਜ਼ ਹੋ ਜਾਂਦਾ ਆ, ਠੀਕ ਆ ਜੀ। ਆਮੇਲੇ ਆ ਆਰਟਿਸਟਿਕ ਵੀ ਬਾਰਡਰ ਹੈਗੇ ਨੇ ਸਾਡੇ ਕੋਲ, ਆਹ ਸਾਰੇ ਆਪਸ਼ਨਸ ਯੂਜ਼ ਕਰਕੇ ਦੇਖਾਂਗੇ, ਕਿੰਨੀ ਵਿਡਥ ਰਹਿਣੀ ਆ ਉਹਦੀ, ਕਿੰਨੀ ਘੱਟ ਵੱਧ ਕਰ ਸਕਦੇ ਹਾਂ ਵਿਡਥ, ਠੀਕ ਹੈ ਜੀ। ਘੱਟ ਕੀਤੀ, ਥੋੜ੍ਹਾ ਜਿਹਾ ਵੱਧ ਟ੍ਰੀਸ ਆ ਗਈਆਂ ਇੱਦਾਂ, ਤਾਂ ਇਹਦੇ ਵਿੱਚ ਸਾਰੇ ਪੇਜ ਬਾਰਡਰ ਦੇ ਆਪਸ਼ਨ ਅਸੀਂ ਯੂਜ਼ ਕਰਾਂਗੇ। ਬੇਸਿਕਲੀ ਕਈ ਫੋਟੋਸ਼ਾਪ, ਮਾਈਕਰੋਸੋਫਟ ਆਫਿਸ ਦੇ ਵਿੱਚ ਵਰਡ ਐਸੇ ਨੇ ਜਿਹਦੇ ਵਿੱਚ ਲੇਆਊਟ ਵਿੱਚ ਇਹ ਸਾਰੇ ਆਪਸ਼ਨ ਹੈਗੇ ਨੇ,
लेआउट च आ जाओ। मार्जिन का मतलब की होंगे, मार्जिन का मतलब हैगा आ कितनी स्पेस छड़ के ये शुरू हो। ठीक है जी, मैं बॉर्डर एक बार हटा दिना आ, पेज बॉर्डर से गए नन, ओके ठीक है। वाटरमार्क से गए रिमूव वाटरमार्क, ठीक है जी। मार्जिन होंगे जी आ जी साइडा तो स्पेस छड़ी हुई है, हम इतने करता नैरो तो स्पेस बद गई इस साइडा तो, आ वाली स्पेस कॉर्नर तो जी स्पेस होंगी उन्होंने मार्जिन कह दें कि नहीं मार्जिन आ वाली मार्जिन, ठीक है जी। इन असं कस्टमाइज जाके अपने हिसाब न भी कर सकते हैं। ओरिएंटेशन होंगे पोर्ट्रेट लैंडस्केप, अभी पोर्ट्रेट प्रिंट आउट चाहते हैं इस तरीके पोर्ट्रेट रखा, इस तरीके चाहते हैं प्रिंट आउट पेपर का कि इदा इदा लिखा आए तो लैंडस्केप करा। देखो जी हम इस तरह पेपर पर आऊगा प्रिंट, असी पोर्ट्रेट करते हैं तो यदा लंबाई पेपर पर प्रिंट आउट आऊगा। हम असं कुछ भी लिखते हैं, दिस इज आवर होम पेज ठीक है ना जी। मैं स्पेस छड़ती हाँ ता करके एक लाइन च नहीं आया, कॉपी कंट्रोल वी पेस्ट आने का पैराग्राफ बन रहा, ठीक है जी। हम मैं चाहना दो कॉलम्स हो, इतों कॉलम कर दियो, हाँ देखो कॉलम्स शुरू हो गया। कंट्रोल ए करके कंट्रोल जे जस्टिफाई वास्ते होंगे जी, कंट्रोल जेड इस, ठीक है जी। कंट्रोल वी पेस्ट कंट्रोल जे जस्टिफाई, देखो टू लाइनस में हो गया, थ्री लाइनस में करना, ठीक है जी। लैफ्ट इदा करनी है असी, लैफ्ट थोड़ी जी घट बाकी का वध, राइट एरिया थोड़ा जहा घट बाकी का वध, इदा भी कर सकते हैं असी, ठीक है जी। उस बाद इंडेंट अपने को आया ही सीगा, आप खुद भी इंडेंट स्पेसिंग वगैरह आप इतों भी दे सकते हैं, ठीक है जी। राइट साइड तो भी इंडेंट दे सकते हैं असी, इतना ना मार्जिन वगू कई बार काम कर दिया है। उपर नीचे स्पेसिंग क्योंकि पैराग्राफ खत्म होने तो बाद स्पेसिंग कितनी देनी है, ठीक है जी। ये मेन मेन पॉइंट्स है, बाकी जो पिक्चर्स लई होगी तो आ पोजिशन इस पिक्चर की आ, मैं इंसर्ट करके दिखा दिना आ। इसी मान लो एक पिक्चर ये इंसर्ट कर दें कोई छोटी जी, ठीक है जी। हम यदि पोजिशन सैट करने वास्ते साढ़े को देखो पोजिशन इतने भी है, उत्थे भी है, आ देखो अलग अलग पॉइंट्स साढ़े को है, ठीक है ना। अलग अलग ऑप्शन है साढ़े को पिक्चर सैट करने वास्ते, इदा भी कर सकते, ठीक है जी। लेआउट पोजिशन आई चीज़ आ, देखो पोजिशन इतने भी है, प्रॉपर्टीज भी पिक्चर भी है। रैप टैक्सट ठीक है ना जी, टैक्सट भी पिक्चर के हिसाब न उपर नीचे हो सकता है, ठीक है जी। ब्रिंग फॉरवर्ड सेंड बैकवर्ड, ये भी बड़े काम की चीज़ा ने। सपोज कर लो साढ़े को ना दो पिक्चर्स ने, आ पिक्चर वा एक, ठीक है जी। इतों बाद साढ़े को इंसर्ट में जाके सपोज कर लो आप शेप्स में रहने, शेप्स के नाल यूज करते हैं, इनसर्ट एक शेप में आ ली, ठीक है जी। उधर इंसर्ट च गया मैं, एक मैं राउंड वाली शेप लै रहा जी, ठीक है जी। यदा कलर आप अलग कर देने, कलर अलग इतने गया मैं। हूँ देखो ब्रिंग फॉरवर्ड तो बैकवर्ड तो सेंड बैकवर्ड, उस पिछे चल गई ब्रिंग फॉरवर्ड ना अगे आ गए। कुछ इस तरह अलग अलग शेप्स दियाँ सैटिंग्स करनिया इन्होंने नाल होंदिया ने सारिया। अलाइनमेंट राइट पेज दे राइट हो गया, अलाइनमेंट मिडल पेज का मिडल आ गया, बॉटम बॉटम से चला गया। ये भी सानू यूज करके एक बार देख लेनी चाहिए ने, ठीक है जी। इस तो बाद असी ठीक है जी लेआउट्स में मेन मेन चीज़ा, उस बाद रेफरेंस मेलिंग ये मैं नहीं दस रहा, ठीक है ना। व्यू दिया चीज़ा मैं तुम्हें दस रहा, जिवें रिव्यू दे विच ना जी स्पैलिंग चेकअप ग्रामर ट्रांसलेशन थीसिस जिहड़े लिखते हैं उन्होंने काफ़ी इन चीज़ों की लोड़ पैंदी आ। व्यू दे विच मैं दिखा दिना, असी चाहते हाँ प्रिंट लेआउट बेसिकली आई यूज़ होंगे टाइपिंग वास्ते आम ऑफिस वर्क वास्ते, कि असी रीड मोड कर सकते हैं, सिर्फ रीड होगा एडिट नहीं होगा, एस्केप ना बैक जाने वैब लेआउट ना लेना वड्डा लेआउट हो जाऊगा, स्केप ना फिर असी प्रिंट लेआउट पर गए, ठीक है जी। वर्टिकली आवे स्लाइड्स के आए ना, ठीक है ना। इंप्रेसिव रीडर, ठीक है ना, इंप्रेसिव रीडर सानू
ਹੋਰ ਵੀ ਵਧੀਆ ਤਰੀਕੇ ਨਾਲ ਸਾਨੂੰ ਰੀਡ ਕਰਨ ਵਿੱਚ ਹੈਲਪ ਕਰੂੰਗਾ, ਜਿਹਨਾਂ ਦਾ ਅੱਖਰ ਆਸਾਨੀ ਨਾਲ ਪੜ੍ਹੇ ਜਾਣਗੇ। ਠੀਕ ਹੈ ਜੀ, ਗ੍ਰਿਡ ਲਾਈਨਸ, ਰੂਲਰ, ਇਹਦੇ ਨਾਲ ਰੂਲਰਸ ਆਉਣਗੇ। ਠੀਕ ਹੈ ਜੀ, ਗ੍ਰਿਡ ਲਾਈਨਸ ਨਾਲ ਇੱਦਾਂ ਗ੍ਰਿਡ ਲਾਈਨਸ ਆ ਜਾਣਗੀਆਂ। ਨੈਵੀਗੇਸ਼ਨ ਪੈਨ, ਇੱਥੇ ਪੈਨ ਆਜੂਗੀ ਨੈਵੀਗੇਸ਼ਨ, ਸਰਚਿੰਗ ਵਾਸਤੇ ਜਾਂ ਹੋਰ ਵੀ ਬਹੁਤ ਕੁਛ ਇਹਦੇ 'ਚ ਆ ਜਾਂਦਾ। ਜ਼ੂਮ ਕਰਨਾ ਸੀ 200%, ਆ ਜ਼ੂਮ ਹੋ ਗਿਆ। ਕੰਟਰੋਲ ਸਕਰੋਲ ਨਾਲ ਵੀ ਜ਼ੂਮ ਇਨ ਜ਼ੂਮ ਆਊਟ ਕਰ ਸਕਦੇ ਹਾਂ ਅਸੀਂ। ਮਲਟੀਪਲ ਪੇਜ ਕਿਤੇ ਆਉਣ, ਹੁਣ ਇੱਕੋ ਪੇਜ ਆ, ਜੇ ਮਲਟੀਪਲ ਪੇਜ ਹੁੰਦੇ ਤਾਂ ਇੱਕੋ ਪੇਜ 'ਤੇ ਦੋ ਪੇਜ ਆ ਜਾਣੇ ਸੀਗੇ। ਵਨ ਪੇਜ ਆਵੇ ਤਾਂ ਜ਼ੂਮ ਉਸ ਹਿਸਾਬ ਨਾਲ ਕਰ ਲਓ, ਫਿਰ ਵਨ ਫਿੱਟ ਆ ਜਾਵੇ। ਓਕੇ, ਜੇ ਦੋ MS ਵਰਡ ਖੁੱਲ੍ਹੇ ਹੋਣ ਤਾਂ ਇਹਦੇ ਨਾਲ ਉਹਦੀ ਅਰੇਂਜਮੈਂਟਸ ਹੋ ਗਈਆਂ। ਇਹ ਮੇਨ ਮੇਨ ਪੁਆਇੰਟ ਸੀਗੇ ਜਿਹੜੇ ਮੈਂ ਸਾਰੇ ਦੱਸੇ ਆ, ਇਹਦੇ ਰੂਟੀਨ 'ਚ ਯੂਜ ਹੋਣ ਵਾਲੇ ਹੈਗੇ ਨੇ। ਮੈਂ ਇੱਕ ਇਹਦਾ ਆਪਸ਼ਨ ਯੂਜ ਕਰਕੇ ਦਿਖਾ ਦਿੰਦਾ। ਫੋਰ ਐਗਜ਼ਾਮਪਲ, ਫਾਈਲ, ਨਿਊ ਡਾਕੂਮੈਂਟ। ਠੀਕ ਹੈ ਜੀ, ਵਿਊ 'ਚ ਗਏ ਸੀ, ਇੱਥੇ ਅਰੇਂਜ ਆਲ 'ਚ ਗਏ, ਆਹ ਦੇਖੋ ਅਰੇਂਜ ਹੋ ਗਏ ਨਹੀਂ, ਇੱਕ ਫਾਈਲ ਆ ਗਈ, ਇੱਕ ਆ ਗਈ। ਇਹ ਬੈਨੀਫਿਟ ਹੈਗਾ ਸਾਨੂੰ ਇਹਦਾ। ਸਪਲਿਟ ਵਿੱਚ ਕਰਾਂਗੇ ਤਾਂ ਦੋ ਪਾਰਟਸ ਵਿੱਚ ਸਪਲਿਟ ਹੋ ਜੂਗੀ ਵਿੰਡੋ। ਠੀਕ ਹੈ ਜੀ, ਇਹਦੀ ਹੁਣ ਲੋੜ ਨਹੀਂ, ਅਸੀਂ ਇਹਨੂੰ ਕਲੋਜ਼ ਕਰਤਾ। ਬੇਸਿਕ ਬੇਸਿਕ ਪੁਆਇੰਟ ਦੱਸਿਆ ਮੈਂ, ਇਹਨੂੰ ਬੜੇ ਧਿਆਨ ਨਾਲ ਕਰਕੇ ਦੇਖਣਾ ਸਾਰਿਆਂ ਨੂੰ। ਥੈਂਕ ਯੂ ਵੈਰੀ ਮੱਚ। ਹੁਣ ਅਸੀਂ ਨਾ ਜੀ ਇਹਦੀਆਂ ਜਿਹੜੀਆਂ ਅਸਾਈਨਮੈਂਟਸ ਨੇ MS ਵਰਡ ਦੀਆਂ, ਉਹ ਧਿਆਨ ਨਾਲ ਕਰਾਂਗੇ ਤਾਂ ਉਹਦੇ ਨਾਲ ਅਸੀਂ ਬਹੁਤ ਚੰਗੀ ਤਰ੍ਹਾਂ ਸਿੱਖ ਜਾਵਾਂਗੇ ਇਹਨੂੰ। ਪਹਿਲਾਂ ਤਾਂ ਲੈਟਰ ਲਿਖ ਕੇ ਦੇਖੀਏ, ਠੀਕ ਹੈ ਨਾ ਜੀ। ਪੰਜਾਬੀ ਟਾਈਪਿੰਗ ਕਰੀਏ, ਇਹਦਾ ਫੋਂਟ ਕਿਵੇਂ ਇੰਸਟਾਲ ਕਰਨਾ ਮੈਂ ਦੱਸਿਆ ਹੋਇਆ ਵਾ ਹੋਰ ਵੀਡੀਓਜ਼ ਦੇ ਵਿੱਚ। ਹਿੰਦੀ ਟਾਈਪਿੰਗ ਕਰੀਏ, ਠੀਕ ਹੈ ਜੀ। ਲੈਟਰ ਹੈੱਡ ਬਣਾ ਕੇ ਦੇਖੀਏ, ਠੀਕ ਹੈ ਜੀ। ਇਸ ਤੋਂ ਇਲਾਵਾ ਅਸੀਂ ਪ੍ਰੋਡਕਟਸ ਲਿਸਟ ਬਣਾ ਕੇ ਦੇਖੀਏ, ਠੀਕ ਹੈ ਜੀ। ਇਸ ਤੋਂ ਇਲਾਵਾ ਅਸੀਂ ਹੋਰ ਇਹਦੇ ਵਿੱਚ ਪ੍ਰੋਡਕਟ ਲਿਸਟ ਤੋਂ ਇਲਾਵਾ ਅਸੀਂ ਇਹਦੇ ਵਿੱਚ ਸਾਰੀਆਂ ਸ਼ੇਪਸ ਯੂਜ ਕਰਕੇ ਉਹਦੇ ਨਾਲ ਅਸੀਂ ਡਾਇਗ੍ਰਾਮ ਬਣਾ ਕੇ ਦੇਖੀਏ। ਡਾਇਗ੍ਰਾਮ ਅਸੀਂ ਸਰਚ ਕਰਾਂਗੇ, ਇੱਥੋਂ ਜਿਵੇਂ ਲਾਈਕ ਇੱਦਾਂ ਦੇ ਸਿੰਪਲ ਤੋਂ ਸ਼ੁਰੂ ਕਰੀਏ, ਡਾਇਗ੍ਰਾਮ ਬਣਾ ਕੇ ਦੇਖੀਏ। ਹੋਰ ਜਿਹੜੀ ਇਮੇਜਸ ਦੱਸੀਆਂ ਇੰਸਰਟ ਕਰਨ ਨੂੰ, ਇਮੇਜਸ, ਠੀਕ ਹੈ ਨਾ ਜੀ, ਇੰਸਰਟ ਕਰਕੇ ਉਹਦੇ ਸਾਰੇ ਆਪਸ਼ਨ ਯੂਜ ਕਰਕੇ ਦੇਖੀਏ। ਤਾਂ ਜੋ ਜੋ ਵੀ ਤੁਹਾਡੇ ਦਿਮਾਗ 'ਚ ਆਉਂਦਾ ਸਭ ਕੁਛ ਇਹ 'ਚ ਬਣਾ ਕੇ ਦੇਖੀਏ ਅਸੀਂ, ਫਿਰ ਇਹਦੀ ਪ੍ਰੈਕਟਿਸ ਸਾਡੀ ਵਧੀਆ ਤਰੀਕੇ ਨਾਲ ਹੋਊਗੀ। ਰਿਜ਼ਿਊਮ ਬਣਾ ਕੇ ਦੇਖੀਏ, ਠੀਕ ਹੈ ਜੀ। ਇਹ ਸਾਰਾ ਕੁਛ ਕਰਕੇ ਦੇਖੀਏ, ਫਿਰ ਸਾਨੂੰ ਇਹਦੀ ਕਾਫੀ ਸਮੇਂ ਲੱਗ ਜਾਊਗੀ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਹੁਣ ਇਨਸਰਟ ਟੈਬ ਦੇ ਹੋਰ ਆਪਸ਼ਨ ਮੈਂ ਦੱਸਣ ਲੱਗਿਆ ਜੀ, ਜਿਵੇਂ ਹੈਡਰ, ਫੁੱਟਰ ਵਾਲੀ। ਹੈਡਰ ਵਿੱਚ ਕੀ ਹੁੰਦਾ, ਸਾਡੇ ਕੋਲ ਕਿਸੇ ਵੀ ਜਿਵੇਂ ਬੁੱਕ ਦਾ ਇੱਕ ਹੈਡਰ, ਸੋਸ਼ਲ ਸਟੱਡੀ ਦੀ ਬੁੱਕ ਦਾ ਹੈਡਰ ਹੁੰਦਾ, ਸੋਸ਼ਲ ਸਟੱਡੀ ਸਾਰੇ ਪੇਜਾਂ 'ਤੇ ਲਿਖਿਆ ਹੁੰਦਾ, ਤਾਂ ਉਸ ਤਰ੍ਹਾਂ ਨਾਲ ਅਸੀਂ ਹੈਡਰ ਸੈੱਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ, ਇਹ ਮੈਂ ਲਿਆ, ਇੱਥੇ ਮੈਂ ਲਿਖ ਦਿੰਦਾ ਸੋਸ਼ਲ ਸੋਸ਼ਲ ਸਟੱਡੀਜ਼। ਹੁਣ ਇਹ ਹੈਡਰ ਸੈੱਟ ਹੋ ਗਿਆ ਜੀ, ਇਹ ਸਾਰੇ ਪੇਜਾਂ ਵਾਸਤੇ ਸੇਮ ਹੋਊਗਾ। ਜਿਵੇਂ ਜਿਵੇਂ ਅਸੀਂ ਪੇਜਿਸ ਬਣਾਈ ਚੱਲਾਂਗੇ, ਉਵੇਂ ਉਵੇਂ ਹੀ ਇਹ ਹੈਡਰ ਹਰ ਪੇਜ ਦੇ ਉੱਪਰ ਹੋਊਗਾ, ਅਤੇ ਪੇਜ ਨੰਬਰ ਆਟੋਮੈਟਿਕ ਚੇਂਜ ਹੋ ਰਿਹਾ ਜੀ। ਇਹ ਹੈਡਰ ਅਸੀਂ ਇਸ ਤਰੀਕੇ ਨਾਲ ਸੈੱਟ ਕਰ ਸਕਦੇ ਹਾਂ। ਸੇਮ ਇਸੇ ਤਰ੍ਹਾਂ ਫੁੱਟਰ ਵੀ ਸੈੱਟ ਕਰ ਸਕਦੇ ਹਾਂ ਅਸੀਂ, ਕੋਮਨ ਫੁੱਟਰ ਇਹਨਾਂ 'ਚੋਂ ਵੀ ਲੈ ਸਕਦੇ ਹਾਂ, ਹੋਰ ਵੀ ਆਪਣੇ ਕੋਲ ਬਹੁਤ ਸਾਰੇ ਹੈਗੇ ਨੇ ਆ ਦਿੰਦਾ, ਜਿਵੇਂ ਸੋਸ਼ਲ ਸਟੱਡੀਜ਼, ਆਕਾਸ਼ ਮੈਪਸ, ਠੀਕ ਹੈ ਜੀ। ਅਸੀਂ ਸੈੱਟ ਕਰਤਾ, ਸਾਰੇ ਪੇਜਾਂ ਦੇ ਉੱਤੇ ਆ ਰਹੂਗਾ। ਹੁਣ ਥੋੜ੍ਹਾ ਫਿੱਕਾ ਜਿਹਾ ਨਜ਼ਰ ਆ ਰਿਹਾ, ਜੇਕਰ ਅਸੀਂ ਇਹਨੂੰ ਐਡਿਟ ਕਰਨਾ ਹੋਵੇ ਤਾਂ ਉੱਥੇ ਹੀ ਹੈਡਰ ਫੁੱਟਰ ਵਾਲੇ ਆਪਸ਼ਨ ਜਾ ਕੇ ਐਡਿਟ, ਹੈਡਰ ਵਿੱਚ ਹੈਡਰ ਐਡਿਟ ਹੋਊਗਾ, ਐਡਿਟ ਫੁੱਟਰ ਵਿੱਚ ਜਾ ਕੇ ਐਡਿਟ ਫੁੱਟਰ ਹੋਊਗਾ, ਠੀਕ ਹੈ ਜੀ। ਇਸ ਤੋਂ ਇਲਾਵਾ ਇਨਸਰਟ ਵਿੱਚ ਸਾਡੇ ਕੋਲ ਹੈਗਾ ਆ ਹੁਣ ਇਕੁਏਸ਼ਨਸ ਆ ਹੈਗੇ, ਇਨਸਰਟ ਟੈਕਸਟ ਬੁੱਕਸ ਹੈਗਾ। ਅਸੀਂ ਚਾਹੁੰਦੇ ਹਾਂ ਕੋਈ ਵੀ ਟੈਕਸਟ ਕਿਸੇ ਵੀ ਪਲੇਸ ਦੇ ਉੱਤੇ ਅਸੀਂ ਇਨਸਰਟ ਕਰਨਾ ਚਾਹੁੰਦੇ ਹਾਂ ਤਾਂ ਡਰੋ ਟੈਕਸਟ ਬੁੱਕਸ ਲੈ ਲਈਏ ਅਸੀਂ। ਇਹਦਾ ਫਾਇਦਾ ਕੀ ਹੋਊਗਾ ਸਾਨੂੰ, ਕਿਸੇ ਵੀ ਲੋਕੇਸ਼ਨ ਦੇ ਉੱਤੇ ਅਸੀਂ ਆ ਟੈਕਸਟ ਬੁੱਕਸ ਲਿਆ ਕੁਛ ਵੀ ਲਿਖ ਸਕਦੇ ਹਾਂ, ਬੋਰਡਰ ਇਹਦਾ ਨਨ ਕਰ ਸਕਦੇ ਹਾਂ,
आउटलाइनिंग लई असी नू आउटलाइनिंग कर दिंदे आ। तां इस तरीके नाल असी अपना टैक्सट सही तरीके असी किसी भी पोजिशन के उत्ते रख सकते हैं आसानी के नाल। इस तो इलावा साढ़े को टैक्सट बॉक्स बड़े काम की चीज़ आ। कई बार असं कुछ डिजाइन कर रहे होंगे तो सैटिंग टैक्स की नहीं आ रही होंगी तो टैक्सट बॉक्स ही अलग अलग लैके करिए तो ज़्यादा वधिया। उस बाद साढ़े को इंसर्ट वर्ड आर्ट के नाल असी कुछ भी असी बहुत वधिया तरीके दे नाल लिख सकते हैं। इंसर्ट जाके वर्ड आर्ट कुछ भी असी लिया वर्ड आर्ट असी वर्डिंग लिखांगे तो वह फिर डिजाइन वर्डिंग जिदे विच बैकग्राउंड भी लगी होगी शेडो होगी कुछ इस तरह की साढ़े को वर्ड आर्ट च वर्डिंग आ जाऊगी। फॉर एग्जाम्पल मैं आह सिलेक्ट किया ठीक है जी इस असी वर्ड आर्ट लगाना चाहते हैं ये तो जो अपलाई करना चाहते हो ये अपलाई हो गया ठीक है जी। इनसर्ट में जाके होर भी ऑप्शन है टाइम वगैरह इनसर्ट करना हो ज़्यादा इंपोर्टेंट है साढ़े को कंट्रोल ए डिलीट हैडर चो गए फुटर चो गए असी रिमूव फुटर हैडर चो गए असी रिमूव हैडर कर दें। तो असी इक्वेशनस जाने जी मैथ दिया बहुत सारिया इक्वेशनस ने जी इतने पई ने साढ़े को असी इनसर्ट कर सकते हैं तो उस कुछ भी एड ऑन कर सकते हैं। उस तो इलावा साढ़े को स्पैशल सिंबल्स है बहुत सारे सिंबल साढ़े को है इन्होंने कोई भी सिंबल असी इनसर्ट कर सकते हैं जो कीबोर्ड पर नहीं होंगे। ये सब चीज़ों की असी प्रैक्टिस कर लिए काफ़ी हद तक साढ़े काम MS वर्ड के निकलने शुरू हो जाएंगे। थैंक यू वेरी मच।